ਲਓ ਜੀ, ਅੱਜ ਅਸੀਂ ਆਪਣੀ ਸਿਸਟਰ ਕੋਲ ਜਾ ਰਹੇ ਹਾਂ ਫਗਵਾੜੇ ਨਾਲ ਕਰਤਾਰਪੁਰ ਸਾਹਿਬ, ਅਤੇ ਉੱਥੇ ਸਾਡੇ ਜਿਹੜੇ ਪਚੰਗੀ ਪੰਤਪ੍ਰੀਤ ਸਿੰਘ ਅਤੇ ਸੁਰਖਾਬ ਸਿੰਘ ਅਤੇ ਸਾਡੀ ਗੁੜੀਆ ਜਸਨੂਰ ਕੌਰ ਨੂੰ ਲੈਣ ਜਾ ਰਹੇ ਹਾਂ, ਅਤੇ ਅੱਜ ਸਪੈਸ਼ਲੀ ਸਾਡੇ ਨਾਲ ਤੂਫਾਨ ਸਿੰਘ ਵੀ ਜਾ ਰਿਹਾ। ਵਿਖਾਈ ਤੂਫਾਨ ਸਿੰਘ, ਤੂਫਾਨ ਆਹ ਵੇਖੋ, ਤੂਫਾਨ ਸਿੰਘ ਵੀ ਸਾਡੇ ਨਾਲ ਜਾ ਰਿਹਾ ਟਰੈਵਲ। ਮੈਂ ਕਿਹਾ ਸੀ ਨਾ ਕਿ ਅਸੀਂ ਆਪਣੇ ਘਰ ਦਾ ਮੈਂਬਰ ਬਣਾ ਲਈਦਾ ਜਿਹੜਾ ਵੀ ਸਾਡੇ ਘਰ ਆਵੇ, ਔਰ ਅਸੀਂ ਬੱਚਿਆਂ ਵਾਂਗ ਹੈ ਨਾ ਪਿਆਰ ਦਿੰਦੇ ਹਾਂ ਜਾਂ ਬੱਚਿਆਂ ਵਾਂਗ ਪਾਲਦੇ ਹਾਂ। ਸੋ ਤੂਫਾਨ ਸਿੰਘ ਦਾ ਨਾਮ ਰੱਖਿਆ, ਔਰ ਸਪੈਸ਼ਲੀ ਆਹ ਦੇਖੋ ਤੁਸੀਂ, ਅਤੇ ਆਹ ਸਾਡੀ ਭਾਬੀ ਡਰੀ ਜਾਂਦੀ, ਡਰਦੀ ਕਿਉਂ ਭਾਬੀ ਤੂਫਾਨ ਤੋਂ? ਹੈ ਦਾਦੀ ਜੀ, ਉਹ ਸਣਾ ਰੱਖਿਆ ਲਾਗੇ, ਇਹ ਗੱਲ ਠੀਕ ਹੈ, ਡਰਨਾ ਵੀ ਜ਼ਿਆਦਾ ਜਿਹਾ ਪਤਾ ਕਿਉਂ, ਇਹ ਹਮਲਾ ਜਦੋਂ ਇਹਨੂੰ ਭੁੱਖ ਲੱਗੀ ਹੁੰਦੀ ਨਾ ਫਿਰ ਇਹ ਮਤਲਬ ਬੜੇ ਜ਼ਬਰਦਸਤ ਹਮਲਾ ਕਰਦਾ ਹੈ ਨਾ, ਅਤੇ ਇਹ ਅਮਨ ਨਹੀਂ ਡਰਦੀ, ਅਮਨ ਕੀ ਚੱਕ ਕੀ ਅਤੇ ਗੱਲ ਕਰ ਰਹੀ ਤੇਰੇ, ਅਤੇ ਤੂੰ ਆਪਣੇ ਨਾਲ ਪਾ ਲਿਆ ਇਹਨੂੰ, ਉੱਚੀ ਬੋਲ ਰਹੀ ਜਿੱਥੇ ਵੀ ਅਸੀਂ ਪ੍ਰੋਗਰਾਮ 'ਤੇ ਜਾਵਾਂਗੇ ਉੱਥੇ ਸਾਡੇ ਨਾਲ ਇਹ ਜਾਊਗਾ ਹੈ ਨਾ, ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਥੇ ਵੀ ਅਸੀਂ ਦੂਰ ਦੂਰ ਜਾਂਦੇ ਹੈ ਨਾ ਪੂਰੇ ਇੰਡੀਆ 'ਚ ਕਿਤੇ ਵੀ ਸਾਡੇ ਨਾਲ ਟਰੈਵਲ ਕਰੂਗਾ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਨਾ। ਬਾਕੀ ਅਸੀਂ ਹੁਣੇ ਤੁਰੇ ਹਾਂ, ਔਰ ਸਾਨੂੰ ਅਸੀਂ ਮੈਕਸੀਮਮ ਮਤਲਬ ਘੰਟੇ ਡੇਢ ਘੰਟੇ 'ਚ ਆਪਾਂ ਪਹੁੰਚ ਜਾਵਾਂਗੇ ਨਾ। ਜੈਦਰ ਹਰਪ੍ਰੀਤ ਸਿੰਘ ਹੈਪੀ, ਇਹ ਸਾਡਾ ਪੱਕਾ ਡਰਾਈਵਰ ਆ, ਕਿਤੇ ਵੀ ਜਾਣਾ ਵਾ ਇਹਨੇ ਗੱਡੀ ਨੂੰ ਹੱਥ ਹੀ ਲਾਉਂਦੇ ਨਾ, ਕਿਸੇ ਨੂੰ ਆਪ ਚਲਾਉਣੀ ਆ। ਇੱਕ ਵਾਰ ਇਹਨੇ ਜੇ ਸੀ ਬੀ ਦੇ ਨਾਲ ਲਾਤੀ ਗੱਡੀ ਛਿਹਾੜੇ, ਪਤਾ ਕੀ ਹੋਇਆ, ਕੀ ਹੋਇਆ ਉਦੋਂ ਛਿਹਾੜੇ ਮੇਲਾ ਵੇਖਣ ਗਿਆ, ਅੱਗੇ ਮੇਲਾ ਵੇਖਣ ਗਿਆ, ਭੀੜ ਬੜੀ, ਉਹ ਜੇ ਸੀ ਬੀ ਵਾਲੇ ਮੈਨੂੰ ਕਿੱਧਰ ਮੂੰਹ ਚੁੱਕਿਆ ਅਤੇ ਗੱਡੀ ਸਾਡੀ ਖਲੋਤੀ, ਲਿਆ ਕੇ ਜੇ ਸੀ ਬੀ ਦੇ ਦੰਦ 'ਚ ਗੱਡੀ ਦੇ ਸਾਈਡ 'ਤੇ ਬਾਰੀ ਵਾੜਦੇ ਨੇ। ਫਿਰ ਕਿਹਾ ਨਹੀਂ ਕੁਛ, ਕਿਉਂਕਿ ਗੁਰੂ ਘਰ 'ਚ ਜਿਹੜਾ ਵਿਆਹ ਸੰਗਤ ਹੁੰਦੀ ਆ, ਗਲਤੀ ਕਿਸੇ ਕੋਲ ਵੀ ਹੋ ਸਕਦੀ ਆ, ਅਤੇ ਚਲੋ ਅਸੀਂ ਜੋ ਗੁਰੂ ਸਾਹਿਬ ਕਰਦੇ ਚੰਗਾ ਕਰਦੇ ਆ ਕੇ ਗੱਡੀ ਦਾ ਕੰਮ ਕਰਾ ਲਿਆ, ਅਤੇ ਬਾਕੀ ਹਾਂ ਇੱਦਾਂ 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 ਨਹੀਂ ਫਿਰ ਕਹਿੰਦਾ ਕੁਛ, ਇੱਦਾਂ ਨਹੀਂ ਕੁਛ ਕਹਿੰਦਾ। ਪੰਥ ਨੇ ਤੂਫਾਨ ਨੂੰ ਆਪਣੇ ਸਿਰ 'ਤੇ ਬਿਠਾ ਲਿਆ ਵਾ, ਅਤੇ ਪੰਥ ਦੇ ਦੋਸਤ ਆ, ਅਤੇ ਤੂਫਾਨ ਨੂੰ ਪ੍ਰੀਤ ਸਿੰਘ ਨੇ ਪਾ ਲਿਆ ਜੀ ਸਿਰ ਤੇ ਬਾਈ ਪੰਥ ਜੀ, ਹਾਂਜੀ ਪਾ ਲਿਆ ਸਿਰ ਤੇ ਤੂਫਾਨ ਸਿੰਘ ਨੂੰ ਪਾ ਲਿਆ ਜੀ ਸਿਰ ਤੇ ਪੰਥ ਨੇ।